ਟੀਮ ਦੇ ਵਿੱਚ ਹਰਮਨਪ੍ਰੀਤ ਤੋਂ ਬਾਅਦ ਹੁਣ ਜਗ੍ਹਾ ਮਿਲੀ ਹੈਗੀ ਹੈ ਹਰਨੀਲ ਦਿਓਲ ਨੂੰ। ਹਾਲਾਂਕਿ ਇੱਕ ਜਿਹੜੀ ਇੱਕ ਸੀਰੀਜ਼ ਉਹ ਖੇਡ ਚੁੱਕੇ ਹੈਗੇ ਨੇਗੇ, ਪਰ ਕਿਹਾ ਜਾਵੇ ਤਾਂ ਇੱਕ ਵੱਡੀ ਪੰਜਾਬ ਵਾਸਤੇ ਮਾਣ ਵਾਲੀ ਗੱਲ ਹੈਗੀ ਆ। ਮੋਹਾਲੀ ਤੋਂ ਹਰਲੀਨ ਹੈਗੇ ਨੇ, ਹਿਮਾਚਲ ਤੋਂ ਰਿਹਾ। ਹਰਲੀਨ, ਜੇ ਦੇਖਿਆ ਜਾਵੇ ਪੂਰਾ ਕਿਸ ਤਰ੍ਹਾਂ ਦਾ ਸਫ਼ਰ ਰਹਿੰਦਾ ਹੈਗਾ, ਕਿਉਂਕਿ ਕ੍ਰਿਕਟ ਦੇ ਵਿੱਚ ਕਹਿੰਦਾ ਕਿ ਮਹਿਲਾ ਕ੍ਰਿਕਟ ਨੂੰ ਜਿਵੇਂ ਲਾਸਟ ਈਅਰ ਵਰਲਡ ਕੱਪ ਖੇਡ ਕੇ ਆਇਆ, ਉਦੋਂ ਬਾਅਦ ਸਾਰੀ ਸਿਚੁਏਸ਼ਨ ਚੇਂਜ ਹੋ ਚੁੱਕੀ ਹੈ ਵਿਮੈਨਸ ਕ੍ਰਿਕਟ ਵਾਸਤੇ, ਤਾਂ ਹੁਣ ਕਾਫੀ ਇੰਪੋਰਟੈਂਸ ਮਿਲਦੀ ਹੈ ਵਿਮੈਨਸ ਕ੍ਰਿਕਟ ਨੂੰ। ਅਤੇ ਜਿਹੜਾ ਤੁਹਾਡਾ ਜਰਸੀ ਨੰਬਰ ਹੈਗਾ ਮਿਥਾਲੀ ਰਾਜ ਨਾਲ, ਜੇ ਕਹੀਏ ਸੇਮ ਨੰਬਰ ਹੈਗਾ ਤੁਹਾਡਾ ਜਰਸੀ ਦਾ, ਅਤੇ ਆਖਿਰਕਾਰ ਜੇ ਪੰਜਾਬ ਦੇ ਵਿੱਚੋਂ ਦੇਖਿਆ ਜਾਂਦਾ ਤੁਸੀਂ ਹਿਮਾਚਲ ਤੋਂ ਖੇਡਦੇ ਹੈਗੇ ਹੋਗੇ, ਕਿ ਵੈਸੇ ਹੀ ਕੋਈ ਸਬੱਬ ਬਣਿਆ ਜਾਂ ਫਿਰ ਜੇ ਕਹੀਏ ਕੋਈ ਖਾਸ ਵਜ੍ਹਾ ਹੈਗੀ ਹੈ? ਨਹੀਂ, ਐਕਚੁਅਲੀ ਮੇਰੇ ਪਾਪਾ ਦੀ ਟ੍ਰਾਂਸਫਰ ਹੋ ਗਈ ਸੀ ਕਾਂਗੜਾ ਡਿਸਟ੍ਰਿਕਟ, ਕਾਂਗੜਾ ਤਾਂ ਸ਼ਿਫਟ ਹੋ ਗਈ ਸੀਗੀ, ਅਤੇ ਉੱਥੇ ਅਕੈਡਮੀ ਹੈ ਗਰਲਸ ਦੀ ਕਾਫੀ ਵਧੀਆ, ਤਾਂ ਮੈਨੂੰ ਉਹ ਵੀ ਵਧੀਆ ਲੱਗੀ ਤਾਂ ਮੈਂ ਉੱਥੇ ਹੀ ਰੈਜ਼ੀਡੈਂਸ਼ੀਅਲ ਅਕੈਡਮੀ ਸ਼ਿਫਟ ਹੋ ਗਈ ਸੀ। ਪੰਜਾਬ ਕਰਨੀਓ, ਤੁਹਾਨੂੰ ਜਿੰਨਾ ਚਿਰ ਖੇਲੇ ਹੈਗੇ ਹੋਗੇ ਤੁਸੀਂ ਪੰਜਾਬ ਕਰਨੀਓ, ਤੁਹਾਨੂੰ ਜੇ ਕਹੀਏ ਕਿ ਕਿਸ ਤਰ੍ਹਾਂ ਦਾ ਐਟਮੋਸਫੇਅਰ ਹੈਗਾ ਸੀਗਾ, ਸਿਸਟਮ ਠੀਕ ਹੈਗਾ ਜਾਂ, ਕਿਉਂਕਿ ਆਮ ਤੌਰ 'ਤੇ ਖਿਡਾਰੀ ਦੂਜੀਆਂ ਸਟੇਟ ਫਿਰ ਰੁਕ ਦਿਖਾਉਂਦੇ ਹੈਗੇ ਨੇ, ਕਿਉਂਕਿ ਜੇਕਰ ਉਹਨਾਂ ਨੂੰ ਪੂਰੀਆਂ ਚੀਜ਼ਾਂ ਉੱਥੇ ਆਪਦੀ ਸਟੇਟ ਸੀਗਾ ਪੰਜਾਬ ਵੱਲ, ਉਹਦਾ ਤਾਂ ਕੋਈ ਉਹ ਹੈ ਹੀ ਨੀਗਾ ਰੋਲ। ਐਕਚੁਅਲੀ ਮੇਰੇ ਪਾਪਾ ਜੇ ਨਾਲ ਟ੍ਰਾਂਸਫਰ ਹੁੰਦੇ ਪੂਰੋ ਹੀ ਖੇਡਦੀ, ਤਾਂ ਮੈਨੂੰ ਐਵੇਂ ਦਾ ਕੁਛ ਨਹੀਂ ਲੱਗਿਆ। ਮਤਲਬ ਪੰਜਾਬ ਸਟੇਟ ਵੀ ਕਾਫੀ ਵਧੀਆ ਕਰਦੇ ਆ, ਵਿਮੈਨਸ ਕ੍ਰਿਕਟ ਨੂੰ ਵੈਸੇ ਹੀ ਸਪੋਰਟ ਜ਼ਿਆਦਾ ਮਿਲਦੀ ਹੈ ਹੁਣ, ਇਸ ਲਈ। ਹੁਣ ਕਿਸ ਤਰ੍ਹਾਂ ਦੀ ਤਿਆਰੀ ਅੱਗੇ ਵਾਸਤੇ ਚੱਲ ਰਹੀ ਹੈਗੀ, ਕਿਉਂਕਿ ਅੱਗੇ ਕਿਸ ਕਿਹੜੀ ਕਿਹੜੀ ਸੀਰੀਜ਼ਾਂ ਹੋਣੀਆਂ ਹੈਗੀਆਂ ਨੇ ਜਿਸ ਨੂੰ ਤਿਆਰੀ ਵਿੱਚ ਤੁਸੀਂ ਲੱਗੇ ਹੋਏ? ਅੱਗੇ ਹਲੇ ਥੋੜ੍ਹਾ ਟਾਈਮ ਦਾ ਬ੍ਰੇਕ ਹੈ, ਉਦੋਂ ਬਾਅਦ ਸੀਰੀਜ਼ ਸਟਾਰਟ ਹੋਣਗੇ, ਜਿਵੇਂ ਸ਼ਾਇਦ ਸਾਊਥ ਅਫਰੀਕਾ ਜਾਂ ਵੈਸਟ ਇੰਡੀਜ਼, ਕੋਈ ਵੀ ਸੀਰੀਜ਼ ਆ ਸਕਦੀ ਹੈ ਅੱਗੇ, ਹਲੇ ਥੋੜ੍ਹਾ ਟਾਈਮ ਦਾ। ਬਟ ਹੁਣੇ ਮੈਂ ਅੰਡਰ 23 ਦੇ ਮੈਚਸ ਖੇਡਣ ਚੱਲੀ ਹਾਂ, ਡੋਮੈਸਟਿਕ ਮੈਚਸ। ਜਿਵੇਂ ਜੇ ਕਹੀਏ ਇੱਕ ਪੂਰਾ ਸਫ਼ਰ ਕਿਹਾ ਜਾਂਦਾ ਕਿ ਆਮ ਤੌਰ 'ਤੇ ਖਿਡਾਰੀਆਂ ਵਾਸਤੇ ਬੜਾ ਮੁਸ਼ਕਿਲ ਰਹਿੰਦਾ ਹੈਗਾ, ਪੰਜਾਬ ਦੀ ਗੱਲ ਕਰੀਏ ਜਾਂ ਬਾਕੀ ਜਗ੍ਹਾ 'ਤੇ ਵੀ ਕਰੀਏ, ਉਹਨਾਂ ਜਦੋਂ ਮੌਕਾ ਨਹੀਂ ਮਿਲ ਪਾਉਂਦਾ ਹੈਗਾ ਸੀਗਾ, ਇਸ ਤਰ੍ਹਾਂ ਦਾ ਮੌਕਾ ਮਿਲ ਕਿ ਸਪੈਸ਼ਲੀ ਤੁਸੀਂ ਇੰਡੀਆ ਦੀ ਟੀਮ ਨੂੰ ਹੈ ਜਿਹੜਾ ਕਿ ਰਿਪ੍ਰਜੈਂਟ ਕਰੋਗੇ? ਮੈਂ ਜਦੋਂ ਮਤਲਬ ਛੋਟੀ ਹੁੰਦੀ ਸੀ ਉਦੋਂ ਸੁਪਨਾ ਦੇਖਿਆ ਸੀ ਵੀ ਮੈਂ ਇੰਡੀਆ ਟੀਮ ਨੂੰ ਰਿਪ੍ਰਜੈਂਟ ਕਰੂੰਗੀ, ਅਤੇ ਹੌਲੀ 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 ਅੱਗੇ ਵੱਧਦੇ ਰਹੇ, ਸਾਰਾ ਕੁਛ ਕਰਦੇ ਰਹੇ। ਹੁਣੇ ਚੈਲੇਂਜਰਸ ਟਰੋਫੀ ਹੋਇਆ ਸੀਗਾ, ਉਹ ਡੋਮੈਸਟਿਕ ਦਾ ਇੱਕ ਲਾਸਟ ਟੂਰਨਾਮੈਂਟ ਹੁੰਦਾ ਜਿਸ 'ਚ ਤੁਸੀਂ ਪਰਫੋਰਮ ਕਰੋ ਅਤੇ ਤੁਹਾਨੂੰ ਇੰਡੀਆ ਟੀਮ 'ਚ ਜਗ੍ਹਾ ਮਿਲਦੀ ਹੈ, ਤਾਂ ਮੈਂ ਉਹਦੇ 'ਚ ਹਾਈਐਸਟ ਰਨ ਗੈਟਰ ਸੀਗੀ, ਤਾਂ ਮੈਨੂੰ ਸੀਗਾ ਵੀ